ਸਰਕਾਰਾਂ ਪੰਜਾਬ ਦੀਆਂ। हाँ जी कॉल आ गई है, पहले कॉल ले लीजिए। हाँ जी हेलो हेलो जी वीर जी, अपनी टीवी की थोड़ी वॉल्यूम कट कर लो प्लीज। हेलो हेलो हाँ जी, थोड़ी लाइन मिली हुई है पर तुम वॉल्यूम अपनी थोड़ी कट कर लो। हेलो हेलो हाँ जी सत श्री अकाल जी। हाँ लगता कि अपने मेरे ख्याल नहीं, क्योंकि कई लोग इदा होंगे कि टैलीफोन ला लेंगे कान तो उधरों टीवी पर अपनी आवाज़ सुन रहे हैं, जो तो उधर सुनते हैं फिर कहते सुन के गल करांगे। इस करके जिहड़ियां डबल आवाज़ा आनियाँ तो मैं बेनती करांगा कि जो भी तुसी स्टूडियो दे विच कॉल करनी है टीवी तो जां परे होके करो कि जे तुहाडा परिवार वेख रहा, तो जेकर तुसी गल टीवी दे मूहरे बह के करनी तो बिल्कुल वॉल्यूम घट कर लो। तो इस तरह थोड़ा जिहा। हाँ जी महिंदर भाजी, तुसी की कहना चाहुंदे? भाजी सॉरी मैं गल करनी चाहुंदा सी, मेरी जिंदगी दे पिछे लोकी हमेशा पुछदे आ ਵੀ ਤੁਹਾਡੀ ਜ਼ਿੰਦਗੀ ਦੇ ਪਿੱਛੇ ਕੀ ਰਾਜ ਸੀਗਾ ਜਿਹੜਾ ਤੁਹਾਨੂੰ ਤੁਸੀਂ ਇੰਨੀ ਤਰੱਕੀ ਕੀਤੀ ਹੈਗੀ ਆ। ਹਾਂਜੀ ਹੈ ਨਾ, ਮੈਂ ਇੱਕ ਗੱਲ ਲਾਜ਼ਮੀ ਕਹੂੰਗਾ, ਮੇਰੀ ਸੱਸ ਜਿਹੜੀ ਮੇਰੀ ਸੱਸ ਆ ਜਾਣੀ ਕਿ ਹੈ ਨਾ, ਹਾਂਜੀ ਉਹਦਾ ਐਡਾ ਤਕੜਾ ਦੇਣ ਆ, ਸੁਖਦੇਵ ਸਰਨ ਉਹਦਾ ਨਾਂ ਹੈ, ਐਡਾ ਤਕੜਾ ਦੇਣ ਹੈਗਾ। ਮੈਨੂੰ ਕਹਿੰਦੀ ਪੁੱਤ ਜਿਹੜੇ ਪਾਸੇ ਤੂੰ ਚਲਾ ਜਾਏਗਾ ਕਹਿੰਦੀ ਮੈਂ ਤੇਰੇ ਮਗਰ ਪੂਰੀ ਸਪੋਰਟ ਕਰੂੰਗੀ। ਉਹਨੇ ਮੇਰੇ ਤੇ ਖਰਚਾ ਵੀ ਇੰਨਾ ਕੀਤਾ ਤੁਸੀਂ ਪੁੱਛੋ ਹੀ ਨਾ। ਉਹ ਤਾਂ ਲੱਗਦਾ ਹੀ ਹੈ, ਦੇਖੋ ਕਿੰਨੇ ਸੋਹਣੇ ਵੇਖੋ। ਉਹ ਤਾਂ ਦਿਸ ਹੀ ਜਾਂਦਾ ਹੈ, ਪਰ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਮੈਂ ਕਹਿੰਦਾ ਮਾਮ ਥੈਂਕ ਯੂ ਵੈਰੀ ਮੱਚ ਕਿ ਤੁਸੀਂ ਸਪੋਰਟ ਕਰਦੇ ਨਾ ਕਿਸੇ ਨੂੰ। ਕੋਈ ਕੋਈ ਵੀ ਆਰਟਿਸਟ ਆ, ਕੋਈ ਵੀ ਕਲਾਕਾਰ ਆ ਵੀਰੇ, ਉਹ ਕਦੇ ਮਾਂ ਦੇ ਢਿੱਡ 'ਚੋਂ ਪੈਦਾ ਨਹੀਂ ਹੁੰਦਾ। ਬਿਲਕੁਲ ਬਿਲਕੁਲ ਰਾਈਟ, ਉਹਨੂੰ ਸਪੋਰਟ ਕਰਨ ਵਾਲੇ ਬੰਦੇ ਹੁੰਦੇ ਆ। ਮੈਂ ਕਹਿੰਦਾ ਵੀ ਜਿਹੜੇ ਬੰਦੇ ਤੁਹਾਨੂੰ ਸਪੋਰਟ ਕਰਦੇ ਜੇ ਤੁਸੀਂ ਉਹਨਾਂ ਨੂੰ ਭੁੱਲ ਜਾਓਗੇ ਨਾ ਦੈਨ ਇਸ ਨੋ ਗੁੱਡ। ਬਹਾਰਾਂ ਪੰਜਾਬ ਦੀਆਂ।